ਅਸੀਂ ਜੀ ਆਮ ਆਦਮੀ ਪਾਰਟੀ ਵੱਲੋਂ ਭਿੱਖੀ ਪਿੰਡ ਜੋ ਨਗਰ ਨਿਗਮ ਦੀ ਚੋਣਾਂ ਹੋ ਰਹੀ ਆ 13 ਦੇ 13 ਕੈਂਡੀਡੇਟ ਖਿਲਾ ਰਹੇ ਨੇ ਔਰ ਉਸ ਤਰ੍ਹਾਂ ਦੀਆਂ ਫਾਈਲਾਂ ਜਾਣ ਜਮ੍ਹਾਂ ਕਰਾਉਣ ਲਈ ਅਸੀਂ ਨਗਰ ਨਿਗਮ ਦੇ ਅੰਦਰ ਹੋ ਰਹੇ ਸੀ ਅਤੇ ਸਾਨੂੰ ਪੁਲਿਸ ਨੇ ਧੱਕੇ ਮਾਰੇ ਔਰ ਜੋ 200-250 ਕਰਮਚਾਰੀ ਪੁਲਿਸ ਦਾ ਉਹਨਾਂ ਨੇ ਸੁਖਪਾਲ ਸਿੰਘ ਭੁੱਲਰ ਦੇ ਕਹਿਣ ਦੇ ਉੱਤੇ ਸਾਡੇ ਬੰਦਿਆਂ ਨੂੰ ਅੰਦਰ ਐਂਟਰ ਨਹੀਂ ਹੋਣ ਦਿੱਤਾ ਵੀ ਇਹਨਾਂ ਦੇ ਕਾਗਜ਼ ਦਾਖਲ ਨਹੀਂ ਹੋਣ ਦੇਣੇ ਨਾਲ 200-250 ਬੰਦਾ ਕਾਂਗਰਸ ਦਾ ਜਿਹੜਾ ਗੁੰਡਾ ਇੱਥੇ ਇਕੱਠਾ ਹੋਇਆ ਹੈ ਉਹਨਾਂ ਨੇ ਸਾਡੇ ਸਾਥੀਆਂ ਦੇ ਉੱਤੇ ਹੱਲਾ ਕੀਤਾ ਇਹ ਸਾਡੇ ਰਣਵੀਰ ਸਿੰਘ ਜੀ ਬਲਾਕ ਇੰਚਾਰਜ ਨੇ ਇੱਥੋਂ ਭਿੱਖੀ ਪਿੰਡ ਦੇ ਔਰ ਕੈਂਡੀਡੇਟ ਵੀ ਨੇ ਜਿਹੜੇ 1 ਨੰਬਰ ਵਾਰਡ ਤੋਂ ਲੜੇ ਨੇ ਆਹ ਦੇਖੋ ਇਹਨਾਂ ਨੂੰ ਸੱਟਾਂ ਲਾਈਆਂ ਗਈਆਂ ਨੇ ਆਹ ਦੇਖੋ ਔਰ ਇਹਨਾਂ ਦੀ ਪੱਗ ਉਤਾਰੀ ਗਈ ਹੈ ਔਰ ਇੱਕ ਬੰਦੇ ਦੇ ਮਗਰ 20-50 ਗੁੰਡੇ ਲੱਗੇ ਹੋਏ ਨੇ ਸਾਰੀਆਂ ਫਾਈਲਾਂ ਖੋਲ ਲਈਆਂ ਗਈਆਂ ਨੇ ਔਰ ਪੂਰਾ ਗੁੰਡਾ ਤੰਤਰ ਰਖਾਇਆ ਗਿਆ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ ਕਿੰਨੀਆਂ ਫਾਈਲਾਂ ਤੁਹਾਡੀਆਂ ਜਿਹੜੀਆਂ ਪਾੜ ਦੇਣੀਆਂ ਇਹਨਾਂ ਨੇ ਹੁਣ ਕਿਉਂਕਿ ਜਿਹੜੀ ਸਾਰੀ ਕਾਂਗਰਸ ਦਾ ਗੁੰਡਾ ਤੰਤਰ ਹੈ ਆ ਔਰ ਤਰਨ ਤਾਰਨ ਜ਼ਿਲ੍ਹੇ ਦੀ ਜਿਹੜੀ ਪੰਜਾਬ ਪੁਲਿਸ ਹੈ ਉਹ ਉਸ ਤੋਂ ਵੱਡੇ ਗੁੰਡਾ ਤੰਤਰ ਨੂੰ ਸਹਿਦ ਰਹੀ ਹੈ ਸਾਰੇ ਇੱਥੇ ਪੰਜਾਬ ਪੁਲਿਸ ਨਹੀਂ ਮੈਂ ਕਹਾਂ ਸਾਰੇ ਗੁੰਡੇ ਇਕੱਠੇ ਹੋਏ ਨੇ ਸਾਰੀ ਪੰਜਾਬ ਪੁਲਿਸ ਇਹ ਗੱਲ ਕਹਿ ਰਹੀ ਹੈ ਕਿ ਤੁਸੀਂ ਇੱਥੋਂ ਨਿਕਲ ਜਾਓ ਤੁਸੀਂ ਇੱਥੇ ਕਾਹਦੀਆਂ ਫਾਈਲਾਂ ਜਮ੍ਹਾਂ ਕਰਾਉਣੀਆਂ ਕੋਈ ਫਾਈਲ ਜਮ੍ਹਾਂ ਨਹੀਂ ਹੋਣੀ ਸਿੱਧਾ ਕਹਿ ਰਹੇ ਨੇ ਕਾਂਗਰਸ ਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਹੈ ਕਿ ਅਸੀਂ ਜਿੱਤ ਜਾਵਾਂਗੇ ਜੇ ਉਹ ਤੁਹਾਡੇ ਕਾਗਜ਼ ਦਾਖਲ ਹੁੰਦੇ ਦੇਖੋ ਜੀ ਕਾਂਗਰਸ ਨੇ ਸੁਖਪਾਲ ਸਿੰਘ ਭੁੱਲਰ ਨੇ ਪਿਛਲੇ 4 ਸਾਲਾਂ ਦੇ ਵਿੱਚ ਜੇ ਭਿੱਖੀ ਪਿੰਡ ਕੋਈ ਵਿਕਾਸ ਕੀਤਾ ਹੁੰਦਾ ਤਾਂ ਉਹ ਇਲੈਕਸ਼ਨ ਜ਼ਰੂਰ ਕਰਾਉਂਦਾ ਪਰ ਉਸ ਦੇ ਨੂੰ ਇਹ ਪਤਾ ਹੈ ਕਿ ਜੇਕਰ ਉਹ ਇੱਥੇ ਇਲੈਕਸ਼ਨ ਇਮਾਨਦਾਰੀ ਨਾਲ ਲੋਕਤੰਤਰੀ ਢੰਗ ਨਾਲ ਉਹ ਇਲੈਕਸ਼ਨ ਕਰਾਉਂਦਾ ਹੈ ਉਹਨੂੰ ਇੱਥੇ ਇੱਕ ਵੀ ਸ਼ੀਟ ਨਹੀਂ ਆਉਣ ਵਾਲੀ ਔਰ ਇਸ ਕਰਕੇ ਉਹ ਗੁੰਡਾ ਤੰਤਰ ਕਰਕੇ ਗੁੰਡੇ ਇਕੱਠੇ ਕਰਕੇ ਗੈਰ ਤਰੀਕੇ ਦੇ ਨਾਲ ਜਿਹੜੀ ਇਲੈਕਸ਼ਨ ਕਰਾਉਣੀ ਚਾਹੁੰਦਾ ਹੈ ਤੁਹਾਨੂੰ ਪਤਾ ਕਿ ਨਗਰ ਪੰਚਾਇਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਸ਼ੁਰੂ ਨੇ ਉਹਨਾਂ ਵਾਸਤੇ ਨਾਮਜ਼ਦਗੀਆਂ ਦਾ ਤਰੀਕ ਸੀ ਅੱਜ ਅਸੀਂ ਆਪਣੇ ਉਮੀਦਵਾਰਾਂ ਦੇ ਨਾਲ ਇਹ ਸਾਡਾ ਉਮੀਦਵਾਰ ਹੈ ਉਮੀਦਵਾਰ ਦੇ ਨਾਲ ਅਸੀਂ ਫਾਰਮ ਭਰਨਾ ਆ ਸਾਰੀਆਂ ਫਾਈਲਾਂ ਮੇਰੇ ਕੋਲ ਸੀ ਕਿੰਨੇ ਨੰਬਰ ਵਾਰਡ 'ਚੋਂ ਹੈ ਜੀ ਹਾਂਜੀ 1 ਨੰਬਰ ਵਾਰਡ 'ਚੋਂ ਨੇ ਅਤੇ ਦੂਜੀਆਂ ਫਾਈਲਾਂ ਵੀ ਨਾਲ ਸੀ ਮੇਰੇ 4 ਹੋਰ ਸੋ 3 ਫਾਈਲਾਂ ਹੋਰ ਸੀ ਚੌਥੀ ਫਾਈਲ ਰਹਿੰਦੀ ਸੀ ਅਸੀਂ 4 ਫਾਈਲਾਂ ਜਮ੍ਹਾਂ ਕਰਾਉਣ ਵਾਸਤੇ ਆਏ ਜਦੋਂ ਅਤੇ ਉਸ ਵੇਲੇ ਇਹਨਾਂ ਨੇ ਗੁੰਡਾਗਰਦੀ ਕੀਤੀ ਅਤੇ ਮੇਰੇ ਕੋਲੋਂ ਫਾਈਲਾਂ ਖੋਣ ਦੀ ਕੋਸ਼ਿਸ਼ ਕੀਤੀ ਮੈਂ ਭੱਜਿਆ ਪਰ ਮੇਥੋਂ ਅਤੇ ਰਣਵੀਰ ਸਿੰਘ ਮੇਰੀ ਫਾਈਲਾਂ ਫੜ ਕੇ ਅੱਗੇ ਭੱਜ ਕੇ ਮੈਂ ਜਾਣਾ ਲੈ ਕੇ ਸੋ ਮੇਰੇ ਕੋਲੋਂ ਇਹਨੇ ਫਾਈਲਾਂ ਫੜ ਲਈਆਂ ਇਹਨਾਂ ਤੋਂ ਉਹਨਾਂ ਨੇ ਧੱਕੇ ਨਾਲ ਫਿਰ ਪੱਗ ਲਾਤੀ ਥੱਲੇ ਨੱਪ ਲਿਆ ਮੈਨੂੰ ਥੱਟਾਂ ਲਾਈਆਂ ਆਹ ਗੋਡੇ ਦੇਖੋ ਛਿੱਲੇ ਇੱਧਰ ਦੇਖੋ ਆਹ ਤੁਸੀਂ ਦੇਖੋ ਇਹਨਾਂ ਨੇ ਗੁੰਡਾਗਰਦੀ ਜੀ ਗੁੰਡਾਗਰਦੀ ਕੀਤੀ ਹੈ ਪੰਜਾਬ ਦੇ ਪਾੜ ਕੇ ਅਸੀਂ ਮਸਾਂ ਬਚਾਇਆ ਇਹਨੂੰ ਮੈਂ ਨਾਲ ਰਹੇ ਹੋਏ ਆ ਤਾਂ ਅਸੀਂ ਹਾਰੇ ਹੋਏ ਆ ਬੱਬੂ ਸ਼ਰਮਾ ਪੱਥਰ ਵਾਲਾ ਜੀ ਸ਼ਰੇਆਮ ਗੁੰਡਾਗਰਦੀ ਕਰ ਰਿਹਾ ਜੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਉਸ ਨਾਮ ਪੁਲਿਸ ਨਾ ਮਰਦਿਆ ਜੀ ਵੇਖਦੀ ਰਹੀ ਆ ਮੈਂ ਜੇ ਮੇਰੀ ਮੂਰਖ ਜਿਹੜੀ ਬਾਡੀ ਗਈ ਆ ਕਿ ਪੁਲਿਸ ਸਭ ਭਿੱਖੀ ਬੈਠਦੀ ਹੈ ਜਿਹੜੀ ਮਰਦਿਆ ਉਹ ਦੇਖਦੀ ਮਰਦ ਉਹਦੇ ਵਿੱਚ ਕੋਈ ਨਹੀਂ ਹੈਗਾ ਜੀ ਤੁਸੀਂ ਕੀ ਮੰਗ ਕਰਦੇ ਜੀ ਇਹਨਾਂ ਨੇ ਕਿ ਜਿਹੜੇ ਬੱਬੂ ਸ਼ਰਮਾ ਵਾ ਜੋ ਵੀ ਕਾਂਗਰਸ ਦੇ ਇੱਥੇ ਕਾਰੋਗਰ ਨੇ ਗੁੰਡਾਗਰਦੀ ਕਰਨ ਦੇ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਾਈਲਾਂ ਦੀ ਸਾਨੂੰ ਤਰੀਕ ਬਾਅਦ ਦਿੱਤੀ ਜਾਵੇ ਤਾਂ ਜੋ ਕਿ ਅਸੀਂ ਫਾਈਲਾਂ ਦੇ ਫਾਈਲਾਂ ਹੀ ਠੀਕ ਆ ਤਰੀਕ ਬਤਾਈ ਜਾਵੇ ਤਰੀਕੇ ਨਾਲ ਡੇਟ ਬਤਾਈ ਜਾਵੇ ਔਰ ਫਾਈਲਾਂ ਸਿੱਧਾ ਤੁਹਾਡੀਆਂ ਆਪ ਜਮ੍ਹਾਂ ਕਰੇ ਤੇ ਅਸੀਂ ਮੁਕਾਬਲਾ ਕਰਨਾ ਚਾਹੁੰਦੇ ਹਾਂ ਦੇਖਦੇ ਹਾਂ ਕਿੰਨੇ ਕਿੱਦਾਂ ਜਿੱਤਦੇ ਨੇ ਕਿਉਂਕਿ ਦੁਨੀਆ ਸਾਰੀ ਆਮ ਆਦਮੀ ਪਾਰਟੀ ਦੇ ਨਾਲ ਮੇਰੀ ਨੰਬਰ ਵਾਰਡ ਦਾ ਕੈਂਡੀਡੇਟ ਹੈ ਨਾ ਉਹਨੂੰ ਪਤਾ ਮੈਂ ਹਰਿਆ ਉਹ 4 ਦਿਨ ਪਹਿਲਾਂ ਹੀ ਇੱਥੇ ਉਹੀ ਪ੍ਰੋਬਲਮ ਬਣਦੀ ਵੀ ਉਹਨਾਂ ਦੀ ਕਿ ਫਾਈਲਾਂ ਖੋਣੀਆਂ ਵਾ ਉਦਾਂ ਅਸੀਂ ਨਹੀਂ ਜਿੱਤ ਸਕਦੇ